ਪੰਜਾਬੀ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਕਰਤਾਰਪੁਰ ਕੋਰੀਡੋਰ ਦੇ ਦੂਜੇ ਦਿਨ 5,000 ਸ਼ਰਧਾਲੂਆਂ ਦਾ ਜੱਥਾ ਰਵਾਨਾ ਹੋਇਆ। ਸ਼ਰਧਾਲੂ ਦੂਰੋਂ ਦੂਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਸ ਰਸਤੇ ਰਾਹੀਂ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ। ਇਸ ਮੌਕੇ ਤੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਕਿ ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਹੈ ਕਿ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲਣ ਦੇ ਉੱਪਰ ਵੱਡੀ ਸਹਿਮਤੀ ਜਤਾ ਦਿੱਤੀ ਹੈ। ਅੱਜ 72 ਸਾਲ ਬਾਅਦ ਸੰਗਤ ਨੂੰ ਪੰਥ ਨਾਲੋਂ ਵਿਛੜੇ ਗੁਰੂ ਧਾਮਾਂ ਦੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਰਹੇ ਨੇ। ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਸ਼ਰਧਾਲੂ ਪੂਰੇ ਸਹੀ ਤਰੀਕੇ ਨਾਲ ਦਰਸ਼ਨ ਕਰ ਰਹੇ ਨੇ ਤਾਂ ਕਿ ਪਾਕਿਸਤਾਨ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕਰਤਾਰਪੁਰ ਕੋਰੀਡੋਰ ਦੇ ਰਸਤੇ ਤੇ ਪਾਸਪੋਰਟ ਲਿਜਾਣਾ ਹੁਣ ਜ਼ਰੂਰੀ ਨਹੀਂ ਹੈ। ਆਨਲਾਈਨ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਕਰਤਾਰਪੁਰ ਸਾਹਿਬ ਦੇ ਤੁਸੀਂ ਦਰਸ਼ਨ ਕਰਨ ਜਾ ਸਕਦੇ ਹੋ। ਤੇ ਅੱਜ ਦੂਜੇ ਦਿਨ ਲਗਾਤਾਰ ਕਰਤਾਰਪੁਰ ਕੋਰੀਡੋਰ ਦੇ ਰਸਤੇ ਤੇ 169 ਸ਼ਰਧਾਲੂ ਜਾਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਭਾਰਤ ਤੇ ਪਾਕਿਸਤਾਨ ਸਰਕਾਰ ਨੇ ਹਰ ਰੋਜ਼ 5,000 ਸ਼ਰਧਾਲੂ ਨੂੰ ਜਾਣ ਦੀ ਗੱਲ ਕਹੀ ਸੀ, ਪਰ ਫਿਲਹਾਲ ਹਰ ਰੋਜ਼ 500 ਸ਼ਰਧਾਲੂ ਜਿਹੜੇ ਕਿ ਪਾਕਿਸਤਾਨ ਜਾ ਰਹੇ ਨੇ। ਇਸ ਤਰ੍ਹਾਂ ਦਾ ਇੰਤਜ਼ਾਮ ਅਜੇ ਤੱਕ ਇੱਥੇ ਕੀਤਾ ਗਿਆ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਸੁਖਬੀਰ ਸਿੰਘ ਦੀ ਖਾਸ ਰਿਪੋਰਟ। ਮੈਂ ਬੰਬੇ ਤੋਂ ਆਇਆ ਤੇ ਜਿਸ ਦਿਨ ਕਰਤਾਰਪੁਰ ਸਾਹਿਬ ਦਾ ਓਪਨਿੰਗ ਹੋਈ ਸੀ ਆਨਲਾਈਨ, ਮੈਂ ਅਗਲੇ ਦਿਨ ਸਵੇਰੇ ਹੀ ਬੁਕਿੰਗ ਕਰਾਇਆ ਸੀ ਕਿਉਂਕਿ ਮੈਨੂੰ ਪਾਕਿਸਤਾਨ 550 ਸਾਲ ਦੇ ਜਾਣ ਦਾ ਮਤਲਬ ਮੇਰੀ ਇੱਛਾ ਸੀ 18-19 ਸਾਲ ਪਹਿਲਾਂ ਤੋਂ ਕਿ ਮੈਂ ਜਾਣਾ ਹੀ ਜਾਣਾ ਤੇ ਬਾਬੇ ਨੇ ਕਿਰਪਾ ਕੀਤੀ, ਹੁਣ ਆਪਾਂ ਚੱਲੇ ਆ। ਮਨ 'ਚ ਬਹੁਤ ਖੁਸ਼ੀ ਆ ਔਰ ਬਾਬੇ ਨਾਨਕ ਅੱਗੇ ਇਹੀ ਅਰਦਾਸ ਆ ਕਿ ਜਿਸ ਤਰ੍ਹਾਂ ਇਹ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲ੍ਹਾ ਵਾ, ਉਹ ਕਿਰਪਾ ਕਰੇ ਤਾਂ ਅਸੀਂ ਇੱਦਾਂ ਹੀ ਨਨਕਾਣਾ ਸਾਹਿਬ ਜਾਈਏ ਅਤੇ ਇੱਦਾਂ ਹੀ ਆਈਏ। ਪਹਿਲਾਂ ਸ਼ੁਰੂ ਆ ਕੇ ਆਏ, ਪਹਿਲੀ ਵਾਰੀ ਜਾ ਰਿਹਾ ਮੈਂ। ਗੁਰੂ ਨਾਨਕ ਪਾਤਸ਼ਾਹ ਜੀ ਪੂਰਬ ਤੋਂ ਔਰ ਕਰਤਾਰਪੁਰ ਖੁੱਲ੍ਹਿਆ, ਇੱਕ ਨਵੀਂ ਰੂਹਾਨੀ ਅਤੇ ਨਵੀਂ ਜ਼ਿੰਦਗੀ, ਇਹ ਵੀ ਖੁਸ਼ੀ ਅਸੀਂ ਅੱਖਾਂ 'ਚ ਬਿਆਨ ਨਹੀਂ ਕਰ ਸਕਦੇ। ਠੀਕ ਹੈ ਜੀ, ਬੜੀ ਖੁਸ਼ੀ ਹੈ ਜੀ, ਬਾਬੇ ਨਾਨਕ ਜੀ ਦੇ ਘਰ ਜਾਣ ਲੱਗੇ ਜੀ ਤੇ ਲੋਕਾਂ ਦੇ ਮਨ 'ਚ ਵਹਿਮ ਆ ਕਿ ਉਹ ਆਧਾਰ ਕਾਰਡ 'ਤੇ ਚਲੇ ਜਾਣਗੇ, ਪਰ ਉਹਨਾਂ ਨੂੰ ਸਾਈਟ ਆ ਇੱਕ, ਉਹਦੇ ਤੋਂ ਉਹਨਾਂ ਨੂੰ ਆਨਲਾਈਨ ਬੁੱਕ ਕਰਾਉਣਾ ਪੈਣਾ ਅਤੇ ਉਹਨਾਂ ਨੂੰ ਫਿਰ ਹੀ ਜਾ ਸਕਦੇ। ਅਤੇ ਮੈਂ ਪਾਸਪੋਰਟ ਲਗਾਇਆ ਸੀਗਾ ਅਤੇ ਮੇਰੀ ਇੱਕ ਫੋਟੋ ਲੱਗੀ ਸੀ ਅਤੇ ਉਹਦੇ ਨਾਲ ਹੀ ਮੈਂ। ਜੋਤਿਸ਼ ਸਮਰਾਟ ਜੀ ਐਲ ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 2 ਘੰਟੇ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। 81 468 13 896 81 468 13 896